ਸੜਕ 'ਤੇ ਸਕੂਟੀ ਵਗੈਰਾ ਚਲਾਉਂਦੇ ਹਾਂ ਤਾਂ ਉਦੋਂ ਸਾਡਾ ਧਿਆਨ ਖੱਬੇ ਸੱਜੇ ਜਾਂਦਾ ਹੈ ਤਾਂ ਉਹ ਉਹਦੇ ਨਾਲ ਐਕਸੀਡੈਂਟ ਦੇ ਕਾਰਨ ਵੀ ਵੱਧ ਸਕਦੇ ਹਨ। ਜੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੁਣ ਸ਼ਹੀਦੀ ਜੋੜ ਮੇਲਾ ਆ ਰਿਹਾ ਤਾਂ ਇਹ ਬੋਰਡ ਸੜਕਾਂ ਉੱਤੇ ਨਹੀਂ ਲੱਗਣੇ ਚਾਹੀਦੇ। ਇਹ ਅਕਸਰ ਦੇਖਣ ਦੇ ਵਿੱਚ ਆਇਆ ਕਿ ਜਦੋਂ ਵੀ ਉਸ ਰੋਡ ਤੋਂ ਸੜਕ ਤੋਂ ਕੋਈ ਨਾ ਕੋਈ ਟ੍ਰੈਫਿਕ ਵਾਲਾ ਵਾਹਨ ਵਾਲੇ ਲੰਘਦੇ ਹੈ ਤਾਂ ਉਹਨਾਂ ਦਾ ਧਿਆਨ ਵੱਟਦਾ, ਕਿਉਂਕਿ ਸਾਹਮਣੇ ਬੋਰਡ ਲੱਗੇ ਦੇਖ ਕੇ ਕਈ ਵਾਰੀ ਬੋਰਡ ਇਸ ਤਰ੍ਹਾਂ ਦੀ ਵਰਲਡਿੰਗ ਜਾਂ ਇਸ ਤਰ੍ਹਾਂ ਦਾ ਕੋਈ ਤਸਵੀਰ ਜਾਂ ਹੋਰ ਹੁੰਦੀ ਹੈ ਤਾਂ ਜਿਹੜੇ ਯਾਤਰੀਆਂ ਜਾਂ ਜਿਹੜੇ ਵੀ ਟਰੈਵਲਰਸ ਹੈ ਉਹਨਾਂ ਦਾ ਧਿਆਨ ਉੱਧਰ ਨੂੰ ਜਾਂਦਾ ਅਤੇ ਉਹਦੇ ਨਾਲ ਜ਼ਿਆਦਾਤਰ ਦੇਖਣ ਦੇ ਵਿੱਚ ਆਇਆ ਕਿ ਐਕਸੀਡੈਂਟਸ ਹੁੰਦੇ ਹੈ। ਵਿਜ਼ੀਬਿਲਟੀ ਵਿੱਚ ਵੀ ਫਰਕ ਪੈਂਦਾ, ਉਹਨਾਂ ਦਾ ਜਿਹੜਾ ਵਿਜ਼ਨ ਨਹੀਂ ਉਸ ਤਰ੍ਹਾਂ ਸਹੀ ਤਰੀਕੇ ਨਾਲ ਬਣਦਾ ਅਤੇ ਇਹੀ ਬੇਨਤੀ ਹੈ ਕਿ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵੱਲ, ਇਹ ਗੰਭੀਰ ਮਸਲਾ ਹੈ, ਇਸ ਵੱਲ ਧਿਆਨ ਦੇਣ ਤਾਂ ਜੋ ਐਕਸੀਡੈਂਟਸ ਘੱਟ ਤੋਂ ਘੱਟ ਹੋਣ ਅਤੇ ਸੜਕ ਸੁਰੱਖਿਆ ਜੋ ਹੈ ਉਹ ਸਹੀ ਯਕੀਨੀ ਬਣਾਈ ਜਾਵੇ। ਅਤੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਡਿਸਪਲੇ ਕਰਨਾ ਵੀ ਹੈ ਤਾਂ ਉਹ ਕਿਸੇ ਹੋਰ ਤਰੀਕੇ ਦੇ ਨਾਲ, ਕੋਈ ਨਾ ਕੋਈ ਹੋਰ ਤਰੀਕੇ ਹੈਗੇ ਹੈ ਜਿਹੜੇ ਸਾਈਡ 'ਤੇ, ਸੜਕ ਦੇ ਬਿਲਕੁਲ ਸਾਈਡ 'ਤੇ ਜਿੱਥੇ ਇਹ ਕੋਈ ਅਵਰੋਧ ਨਾ ਬਣੇ, ਸੜਕ 'ਤੇ ਕੋਈ ਐਕਸੀਡੈਂਟ ਦਾ ਕਾਰਨ ਨਾ ਬਣੇ, ਤਾਂ ਕੋਈ ਹੋਰ ਤਰੀਕਾ ਵੀ ਲੱਭਿਆ ਜਾ। ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜੋ ਫਲੈਕਸ ਬੋਰਡ ਜਾਂ ਹੋਰ ਕਈ ਤਰ੍ਹਾਂ ਦੇ ਐਡਵਰਟਾਈਜ਼ਮੈਂਟ ਬੋਰਡ ਜੋ ਹੈ ਸੜਕਾਂ ਦੇ ਆਲੇ ਦੁਆਲੇ ਲੱਗੇ ਹੋਏ ਨੇ, ਉਹ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ, ਕਿਉਂਕਿ ਇਹਨਾਂ ਦੇ ਲੱਗਣ ਨਾਲ ਇੱਕ ਪਾਸੇ ਤਾਂ ਜਗ੍ਹਾ ਘੇਰਦੇ ਨੇ, ਦੂਜੇ ਪਾਸੇ ਇਹ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਸੋ ਇਹਨਾਂ ਨੂੰ ਦੇਖਦੇ ਹੋਏ, ਸ਼ਹੀਦੀ ਜੋੜ ਮੇਲੇ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜੋੜ ਮੇਲੇ 'ਤੇ ਵੀ ਔਰ ਅੱਗੇ ਤੋਂ ਵੀ ਜੋ ਹੈ ਫਲੈਕਸ ਬੋਰਡ ਜੋ ਹੈ ਸੜਕਾਂ ਦੇ ਆਲੇ ਦੁਆਲੇ ਨਾ ਲਾਏ ਜਾਣ, ਕਿਉਂਕਿ ਇਹਦੇ ਨਾਲ ਧਿਆਨ ਜੋ ਹੈ ਡਾਈਵਰਟ ਹੋ ਜਾਂਦਾ ਹੈ ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।